ਨਿਆ ਸੈਂਪਲ ਪੇਪਰ 3 ਫਸਟ ਕੁਐਸਚਨ ਫਸਟ ਕੁਐਸਚਨ ਦੇ ਵਿੱਚ ਸਾਨੂੰ ਉਹਨਾਂ ਨੇ ABC ਸਿਮਿਲਰ DEF ਦਿੱਤਾ ਆ ਤੇ ਉਹਨਾਂ ਦੇ ਏਰੀਆਜ਼ ਦਿੱਤੇ ਆ ਜਦੋਂ ਦੋ ਟ੍ਰਾਇੰਗਲ ਸਿਮਿਲਰ ਹੋਣ ਉਹਨਾਂ ਦੇ ਏਰੀਆਜ਼ ਜਿਹੜੇ ਆ ਉਹ ਰੇਸ਼ੀਓ ਦੇ ਵਿੱਚ ਅਸੀਂ ਕਰ ਸਕਦੇ ਆ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ EF ਜਿਹੜੀ EF ਹੈ ਨਾ ਹੈਗੀ ਆ ਉਹ ਸਾਨੂੰ ਦਿੱਤੀ ਉਹਨਾਂ ਨੇ 6 EF ਨੂੰ ਆਪਾਂ نیچے ਰੱਖਦੇ ਆ ਔਰ ਜਿਹੜੀ BC ਆ ਉਹ ਉੱਪਰ ਰੱਖਦੇ ਆ ਤੇ ਜਿਹੜੇ ਸਿਮਿਲਰ ਟ੍ਰੈਂਗਲ ਦੇ ਏਰੀਆਜ਼ ਹੁੰਦੇ ਆ ਨਾ ਉਹ ਕਿਦੇ ਇਕੁਅਲ ਹੁੰਦੇ ਉਹਨਾਂ ਦੀ ਸਾਈਡਸ ਦੀ ਰੇਸ਼ੀਓ ਦੀ ਸਕੁਅਰ ਦੇ ਇਕੁਅਲ ਹੁੰਦੇ ਆ ਐਦਾਂ ਠੀਕ ਹੈ ਇਸ ਤੋਂ ਬਾਅਦ ਦੇਖੋ ਜੇ ਹੁਣ 64 ਦਾ ਆਪਾਂ ਨਾ ਸਕੁਅਰ ਰੂਟ ਕਰਦੇ ਆ 64 ਦਾ ਸਕੁਅਰ ਰੂਟ ਹੁੰਦਾ 8 ਤੇ 144 ਦਾ ਸਕੁਅਰ ਰੂਟ ਹੁੰਦਾ 12 ਹੈ ਨਾ ਆਪਾਂ ਇਹਨਾਂ ਦੀ ਜਗ੍ਹਾ ਤੇ ਇਸ ਤਰ੍ਹਾਂ ਵੀ ਲਿਖ ਸਕਦੇ ਆ ਉੱਪਰ ਪਾ ਦਾਂਗੇ ਸਕੇ ਸਕੇਨ ਸਕੁਅਰ ਕੀ ਹੋਗੇ ਕੈਨਸਲ ਹੋਗੇ ਔਰ EF ਦੀ ਜਿਹੜੀ ਵੈਲਿਊ ਦਿੱਤੀ ਆ ਉਹ 6 ਦਿੱਤੀ ਉਹ ਤੁਸੀਂ ਫਿਲ ਕਰ ਲੈਣੇ ਆ ਇਹਨਾਂ ਦੇ ਜਦੋਂ ਤੁਸੀਂ ਕ੍ਰੋਸ ਮਲਟੀਪਲਾਈ ਕਰੋਗੇ ਤੇ ਕ੍ਰੋਸ ਮਲਟੀਪਲਾਈ ਕਰਨ ਤੋਂ ਬਾਅਦ ਇਹਨਾਂ ਦੀ ਕਟਿੰਗ ਹੋਏਗੀ ਠੀਕ ਹੈ ਇਹ ਜਿਹੜਾ 6 ਆ ਵੇਟ ਵਾਲੇ ਬਸ ਜਾ ਕੇ ਕੀ ਹੋ ਜਾਏਗਾ ਮਲਟੀਪਲਾਈ ਤੁਸੀਂ ਇਹਨਾਂ ਦੀ ਕਟਿੰਗ ਕਰ ਸਕਦੇ ਤੇ ਇਹ ਤੁਹਾਡੇ ਕੋਲ ਕਿੰਨਾ ਆ ਗਿਆ 4 ਸੈਂਟੀਮੀਟਰ ਨੈਕਸਟ ਕੁਸ਼ਚਨ ਨੰਬਰ 2 ਕਹਿੰਦੇ ਕਿ ਜੇਕਰ a 60 ਡਿਗਰੀ ਹੋਵੇ ਔਰ b 30 ਡਿਗਰੀ ਦੈਨ sin a cos b cos a sin b ਦੀ ਵੈਲਿਊ ਫਾਈਂਡ ਕਰਨੀ ਆਪਾਂ ਸਿੰਪਲ ਐ ਸਮਝੇ ਹਨਾ sin a cos b sin a ਦਾ ਮਤਲਬ ਕਿ sin a 60 ਡਿਗਰੀ ਔਰ cos b cos 30 ਡਿਗਰੀ ਇਹਨਾਂ ਦੇ ਜੇਕਰ ਅਸੀਂ ਵੈਲਿਊਜ਼ ਫਿਲ ਕਰਾਂਗੇ ਤੇ √3 2 sin 30 ਔਰ cos 30 ਦੀ ਵੀ √3 2 ਹੁੰਦੀ ਆ ਠੀਕ ਹੈ इस बाद माइनस का साइन पेगा फिर इन्होंने क्या कि माइनस तो बाद कॉस ए जाने कि फिर कॉस सठ हो जाएगी कोस सठ वैल्यू होंगी अंडर टू फिर इन्होंने क्या सिन बी जाने की सिन ती डिग्री तो सिन ती डिग्री कि हों वा वन ओवर टू ठीक है हम अंडर थ्री अंडर थ्री नी मल्टीप्लाई करोगे तो सी करो सिंगल थ्री बहर निकल के आएगा टू टू या फोर हो जाएगा साढ़े को ठीक है यदि जगह तो अं थ्री लगावे और टू टू या फोर दूसरे पास ਮਾਈਨਸ ਤੋਂ ਬਾਅਦ 1 1 ਦਾ 1 ਹੋਰ 2 2 ਜਾਂ 4 ਆਏਗਾ ਠੀਕ ਹੈ ਇਹਨਾਂ ਨੂੰ ਤੁਸੀਂ ਮਾਈਨਸ ਕਰ ਲਓ ਕਟਿੰਗ ਕਰਕੇ ਸਾਡੇ ਕੋਲ 1 ਓਵਰ 2 ਆ ਰਿਹਾ ਆ ਤੇ ਇਹ ਸੈਕਿੰਡ ਪਾਰਟ ਸਾਡਾ ਆਨਸਰ ਬਣਦਾ ਆ ਕੁਐਸਚਨ ਨੰਬਰ 3 ਇਹਦੇ ਵਿੱਚ ਕਲਡ ਸਰਫੇਸ ਏਰੀਆ ਆਫ ਰਾਈਟ ਸਰਕੂਲਰ ਕੋਨ ਦਾ ਪਤਾ ਕਰਨਾ ਜਿਹਦੇ ਵਿੱਚ ਐਲ ਸਲੈਂਟ ਹਾਈਟ ਹੁੰਦੀ ਹੈ ਐਲ ਦਿੱਤੀ ਹੋਈ ਹੈ 16 ਔਰ ਡਾਇਆਮੀਟਰ ਦਿੱਤਾ ਹੋਇਆ 14 ਜੇਕਰ ਡਾਇਆਮੀਟਰ 14 ਹੈ ਤੁਸੀਂ ਰੇਡੀਅਸ ਜਿਹੜਾ ਉਹ ਕਿੰਨਾ ਆਏਗਾ ਸਾਡੇ ਕੋਲ 7 ਆਏਗਾ πr l ਹੁੰਦਾ ਕਰ ਸਰਫੇਸ ਏਰੀਆ ਆਫ ਕਨ π ਦੀ ਵੈਲਿਊ ਉਹਨਾਂ ਨੇ ਕਿਹਾ ਕਿ ਤੁਸੀਂ π ਬੜਾ 7 ਲੈ ਸਕਦੇ ਹੋ ਹੋਰ r ਬੱਚੇ ਸਾਨੂੰ ਡਾਇਮੀਟਰ 14 ਸੀਗਾ ਆ 7 ਆਊਗਾ ਉਹਦਾ ਹਾਫ ਕਰਕੇ ਸਲੈਂਡ ਹਾਈ ਹਾਈਟ ਹੈ ਕਿ 16 7 ਨਾਲ 7 ਕੈਨਸਲ 22 ਨੂੰ ਤੁਸੀਂ 16 ਨਾਲ ਮਲਟੀਪਲ ਕਰੋਗੇ ਤੇ ਤੁਹਾਡੇ ਕੋਲ ਕਿੰਨਾ ਆ ਜਾਏਗਾ 352 ਥਰਡ ਪਾਰਟ ਦਾ ਆਨਸਰ ਆਊਗਾ ਕਵੈਸਚਨ ਨੰਬਰ 4 ਹੈ देयर इज ਅ ਸਿਲੰਡਰ ਆਫ ਹਾਈਟ 30 ਸੈਂਟੀਮੀਟਰ ਐਂਡ ਇਟਸ ਰੇਡੀਅਸ ਇਜ਼ 14 ਸੈਂਟੀਮੀਟਰ ਇੱਕ ਨਾ ਸਿਲੰਡਰ ਹੈ ਠੀਕ ਹੈ ਉਹਦੀ ਹਾਈਟ 30 ਸੈਂਟੀਮੀਟਰ ਹੋਰ ਜਿਹੜੀ ਰੇਡੀਅਸ ਆ 14 ਸੈਂਟੀਮੀਟਰ ਹੈ ਉਹਨੂੰ ਮੈਲਟ ਕਰਕੇ ਨਾ ਉਹ ਸਿਲੰਡਰ ਨੂੰ ਕਾਦੇ ਵਿੱਚ ਬਣਾਇਆ ਗਿਆ ਕਿ ਨਿਊ ਸਿਲੰਡਰ ਬਣਾਇਆ ਗਿਆ ਉਹ ਨਿਊ ਸਿਲੰਡਰ ਜਿਹੜਾ ਉਹਦੀ ਉਹਦਾ ਰੇਡੀਅਸ ਵੱਖਰਾ ਆ 7 ਸੈਂਟੀਮੀਟਰ ਉਹਦੀ ਆਪਾਂ ਹਾਈਟ ਪਤਾ ਕਰਨੀ ਨਿਊ ਸਿਲੰਡਰ ਦੀ ਯਾਨੀ ਕਿ ਦੋਵੇਂ ਪਾਸੇ ਸਿਲੰਡਰ ਹੀ ਹੈ ਤੇ ਉਹਨਾਂ ਦੇ ਵੋਲੀਅਮ ਆਪਾਂ ਲਾਵਾਂਗੇ ਠੀਕ ਹੈ ਇਹ ਨਾ ਵੱਡੇ ਦਾ ਮੈਂ ਬਿੱਗਰ ਆਰ ਔਰ ਐਚ ਲਿਖ ਲਵਾਂਗੀ ਔਰ ਛੋਟਾ ਦੂਸਰਾ ਨਿਊ ਬਣਿਆ ਉਹਦਾ ਛੋਟਾ ਆਰ ਤੇ ਐਚ ਆਪਾਂ ਯੂਜ਼ ਕਰ ਲੈਨੇ ਪਾਈ ਨਪਾਈ ਕੈਨਸਲ ਠੀਕ ਹੈ ਜਿਹੜਾ ਪਹਿਲਾ ਆਰ ਸੀਗਾ ਉਹ ਸਾਡੇ ਕੋਲ ਸੀਗਾ 14 ਸਕੁਅਰ 14 ਨੂੰ ਮੈਂ ਦੋ ਵਾਰੀ ਲਿਖਾਂਗੀ ਉਹਦੀ ਹਾਈਟ ਕਿੰਨੀ ਸੀਗੀ 3 ਉਹ ਵੀ ਦਿੱਤੀ ਸੀਗੀ ਤੇ ਜਿਹੜਾ ਬੱਚੇ ਨਵਾਂ ਸਿਲੰਡਰ ਬਣਿਆ ਸੀਗਾ ਉਹਦਾ ਰੇਡੀਅਸ ਸੀਗਾ 7 7 ਦੀ ਸਕੁਅਰ ਹੈਨਾ ਤੇ ਐਚ ਆਪਾਂ ਉਹਦਾ ਫਾਈਂਡ ਕਰਨਾ ਹੁਣ ਜਿਹੜਾ 7 ਆ ਨਾ ਇੱਧਰ ਆ ਕੇ ਕੀ ਹੋ ਜਾਊਗਾ ਡਿਵਾਈਡ ਇਹ 7 ਤਾਂ ਦੋ 72 4 14 72 14 2 3 4 ਔਰ 4 ਨੂੰ ਆਪਾਂ 13 ਨਾਲ ਮਲਟੀਪਲਾਈ ਕੀਤਾ 120 ਆ ਗਿਆ ਸਾਡੇ ਕੋਲ ਇਟ ਮੀਨਸ ਸੈਕਿੰਡ ਪਾਰਟ ਜਿਹੜੀ ਸੈਕਿੰਡ ਆਪਸ਼ਨ ਆ 120 ਸੈਂਟੀਮੀਟਰ ਉਹ ਸਾਡਾ ਆਨਸਰ ਹੋਏਗਾ ਕੁਐਸਚਨ ਨੰਬਰ 5 ਇਹਦੇ ਵਿੱਚ ਸਾਨੂੰ AP ਦਿੱਤੀ ਹੋਈ ਆ ਔਰ ਇਹਦੀ ਫਸਟ ਟਰਮ ਜਿਹੜੀ ਹੈਗੀ -5 ਆ ਬੱਚੇ ਔਰ ਕਾਮਨ ਡਿਫਰੈਂਸ ਜਿਹੜਾ ਵਾ -2 ਦੇ ਵਿੱਚੋਂ -5 ਘਟਾਇਆ ਤੇ ਮਾਈਨਸ ਮਾਈਨਸ ਪਲੱਸ ਹੋ ਗਿਆ ਕਾਮਨ ਡਿਫਰੈਂਸ ਆ ਗਿਆ 3 ਸਾਡੇ ਕੋਲ ਪਹਿਲੇ 10 ਟਰਮਸ ਦਾ ਸਮ ਪਤਾ ਕਰਨਾ ਹੈ ਜਾਨੀ ਕਿ ਐਸਾ ਇਹਦਾ ਫਾਰਮੂਲਾ ਲੱਗੇਗਾ ਐਸਾ ਇਹਦਾ ਫਾਰਮੂਲਾ ਕੀ ਹੁੰਦਾ ਹੈ ਸਾਡੇ ਕੋਲ n 2 2a n 1 d ਤੇ a ਜਿਹੜਾ ਆ ਉਹ ਸਾਡੇ ਕੋਲ ਬੱਚੇ n n 10 ਦੀ ਗੱਲ ਕੀਤੀ ਉਹਨਾਂ ਨੇ 10 ਲਾਵਾਂਗੇ ਆਪਾਂ ਔਰ ਜਿਹੜਾ a ਆ ਉਹ ਸਾਡੇ ਕੋਲ ਕੀ ਸੀਗਾ ਮਾਈਨਸ 5 ਹੈ ਨਾ n ਸੀਗਾ 10 ਤੇ 10 ਦੇ ਵਿੱਚੋਂ ਬਣ ਗਿਆ 9 ਆ ਗਿਆ ਤੇ d ਕਿੰਨਾ ਸੀਗਾ ਸਾਡੇ ਕੋਲ 3 ਹੁਣ ਆਪਾਂ ਇਹਨਾਂ ਨੂੰ ਸੋਲਵ ਕਰਦੇ ਹਾਂ 2 ਨੂੰ 10 ਨਾਲ ਕੱਟ ਕਰ ਦਿਓ ਕਿੰਨਾ ਆ ਜਾਏਗਾ 5 ਅੰਦਰ ਆਪਾਂ 2 ਨੂੰ 5 ਨਾਲ ਮਲਟੀਪਲਾਈ ਕੀਤਾ 10 ਆ ਗਿਆ 9 ਨੂੰ 3 ਨਾਲ ਮਲਟੀਪਲਾਈ ਕੀਤਾ 27 ਆ ਗਿਆ ਸਾਡੇ ਕੋਲ 27 ਦੇ ਵਿੱਚੋਂ 10 ਘਟਾ ਦੋ 17 17 ਨੂੰ 5 ਨਾਲ ਮਲਟੀਪਲਾਈ ਕਰ ਲਓ 17 ਨੂੰ 5 ਨਾਲ ਮਲਟੀਪਲਾਈ ਕਰਨ ਤੋਂ ਬਾਅਦ ਆਟੇ ਕੋਲ 85 ਯਾਨੀ ਕਿ ਫਸਟ ਪਾਰਟ ਦਾ ਆਨਸਰ ਆਊਗਾ ਕਵੈਸਚਨ ਨੰਬਰ 6 ਪ੍ਰੋਡਕਟ ਆਫ ਦਾ ਰੂਟਸ ਆਫ ਇਕੁਏਸ਼ਨ ਇਹਦੇ ਵਿੱਚ ਪ੍ਰੋਡਕਟ ਫਾਈਂਡ ਕਰਨ ਨੂੰ ਕਿਹਾ ਆ ਹੁਣ ਦੇਖੋ ਬੱਚੇ ਪ੍ਰੋਡਕਟ ਦਾ ਮੈਥਡ ਹੁੰਦਾ ਸੀ ਅਪੋਨ ਏ ਹੈ ਨਾ ਤੇ ਸੀ ਸਾਡੇ ਕੋਲ ਇਹਦੇ ਵਿੱਚ ਸੀ ਅਪੋਨ ਏ ਆ ਤੇ ਜਿਹੜਾ ਹੈਗਾ ਏ ਉਹ ਏ ਮਾਈਨਸ ਬੀ ਹੈ ਜਾਨੀ ਕਿ ਸੀ ਮਾਈਨਸ ਏ ਅਪੋਨ ਏ ਮਾਈਨਸ ਬੀ ਇਟ ਮੀਨਸ ਇਹਦਾ ਦਾ ਜਾ ਰਿਹਾ ਆ ਥਰਡ ਪਾਰਟ ਠੀਕ ਹੈ ਥਰਡ ਪਾਰਟ ਇਜ਼ ਯੂਅਰ ਆਨਸਰ ਇਸ ਕੁਸ਼ਨ ਦੇ ਵਿੱਚ ਨਾ ਇੱਕ ਸਰਕਲ ਹੈ ਠੀਕ ਹੈ ਇੱਕ ਬਾਰ ਪੀ ਪੁਆਇੰਟ ਆ ਤੇ ਪੀ ਜਿਹੜਾ ਪੁਆਇੰਟ ਆ ਨਾ ਉਹ ਸੈਂਟਰ ਤੋਂ ਉਹਨਾਂ ਨੇ ਕਿਹਾ ਵੀ 10 ਸੈਂਟੀਮੀਟਰ ਦੀ ਦੂਰੀ ਤੇ ਆ ਤੇ ਇੱਕ ਪੀ ਕਯੂ ਟੈਂਜੈਂਟ ਲਈ ਹੋਈ ਆ ਉਹਨਾਂ ਨੇ ਔਰ ਇੱਕ ਪੀ ਆ ਜਿਹੜੀ ਟੈਂਜੈਂਟ ਉਹ ਲਈ ਆ ਓ ਆਰ ਨੂੰ ਤੇ ਓ ਕਯੂ ਨੂੰ ਮੈਚ ਕਰ ਦਿਓ ਤੁਸੀਂ ਇੱਥੇ ਪੁਆਇੰਟ ਆਫ ਕੰਟੈਕਟ ਬਣ ਰਿਹਾ ਤੁਹਾਡਾ ਹੁਣ ਜਿਹੜਾ ਰੇਡੀਅਸ ਉਹ ਤੁਹਾਨੂੰ 6 ਦਿੱਤਾ ਵਾ ਦੋਵੇਂ ਪਾਸੇ 6 ਹੀ ਹੋਗਾ ਪੂਰੇ PQOR ਦੀ ਨਾ ਕੋਆਰਡੀਨੇਟਰ ਦੀ ਆਪਾਂ ਏਰੀਆ ਪਤਾ ਕਰਨਾ ਦੇਖੋ ਦੋ ਟ੍ਰਾਇੰਗਲ ਬਣਦੇ ਪਏ ਸਾਡੇ ਕੋਲ ਇਹ ਦੋਵੇਂ ਇਕੁਅਲ ਹੈ ਕਿਉਂਕਿ ਇਹਦੇ ਸਾਈਡਸ ਵੀ ਤਾਂ ਇਕੁਅਲ ਹਨ ਹੁਣ ਆਪਾਂ ਕੀ ਕਰਦੇ ਆਂਗੇ PQO ਦਾ 1/2 ਬੇਸ ਇੰਟੂ ਹਾਈਟ ਵਾਲਾ ਫਾਰਮੂਲਾ ਲਾ ਲੈਨੇ ਕਿਉਂਕਿ ਰਾਈਟ ਐਂਗਲ ਟ੍ਰਾਇੰਗਲ ਵਾਲਾ ਫਾਰਮੂਲਾ ਵਾ ਤੇ ਸਾਡੇ ਕੋਲ ਹਾਈਟ ਤੇ ਹੈਗੀ ਚਲੋ ਬੇਸ ਆਪਾਂ ਪਤਾ ਕਰ ਲੈਨੇ ਆ ਹੁਣ ਦੇਖੋ ਸਾਡੇ ਕੋਲ ਹਾਈਪੋਟੈਨਿਊਸ ਹੈ ਹੈਨਾ ਤੇ ਪਰਪੈਂਡੀਕੂਲਰ ਹੈ ਤੇ ਬੇਸ ਆਪਾਂ ਪਤਾ ਕਰਨਾ ਵਾ ਇਟ ਮੀਨਸ ਪਾਈਥਾਗੋਰਸ ਥੀਰਮ ਲਗਾਵਾਂਗੇ ਆਪਾਂ ਹਾਈਪੋਟੈਨੂਸ ਹੈਗੀ 10 ਪਰਪੈਂਡੀਕੂਲਰ ਹੈਗੀ ਆ ਆਪਾਂ ਫਾਈਂਡ ਕਰਨੀ ਹੈ ਜਿਹੜੀ ਕਿ ਪੀਕਯੂ ਆ ਬੇਸ ਸਾਡਾ ਹੈਗਾ 6 10 ਨੂੰ ਦੋ ਵਾਰੀ ਕਿਤੇ 100 ਆ ਗਿਆ 6 ਨੂੰ ਦੋ ਵਾਰੀ ਕਿਤੇ 36 36 ਇਧਰ ਆ ਕੇ ਮਾਈਨਸ ਹੋ ਜਾਏਗਾ ਠੀਕ ਹੈ ਇਹਨੂੰ ਤੁਸੀਂ ਮਾਈਨਸ ਕਰੋਗੇ 64 ਆ ਗਿਆ ਤੁਹਾਡਾ ਐਜ ਦਾ ਸਕੁਅਰ ਸੀ ਉੱਥੇ ਜਾ ਕੇ ਸਕੁਅਰ ਰੂਟ ਵਿੱਚ ਚੇਂਜ ਹੋ ਗਿਆ 8 ਆ ਗਿਆ ਸੋ ਪੀਕਯੂ ਆ ਗਿਆ ਤੁਹਾਡੀ 8 ਇਟ ਮੀਨਸ ਬੇਸ 8 ਹਾਈਟ ਤੁਹਾਡੀ ਸੀ 6 ਇਹਨਾਂ ਨੂੰ ਕਟਿੰਗ ਕਰ ਦੋ ਹੈਗੇ 24 ਜੇਕਰ ਆਇਆ 24 ਆਦੇ ਆਵੇ ਤਾਂ ਤੁਹਾਡਾ 24 ਹੋਊਗਾ ਨਾ ਤੇ 24 ਤੋਂ 24 ਕਿੰਨੇ ਹੋਗੇ ਤੁਹਾਡੇ 48 ਜਾਨੀ ਕਿ ਪੂਰਾ PQOR ਕਿੰਨਾ ਆ 48 ਸੈਂਟੀਮੀਟਰ ਸਕੇਅਰ ਕੁਐਸਚਨ ਨੰਬਰ 8 ਵਿਚ ਆਫ ਦ ਫੋਲੋਇੰਗ ਹੈਜ਼ ਟਰਮੀਨੇਟਿੰਗ ਡੈਸੀਮਲ ਐਕਸਪੈਂਸ਼ਨ ਟਰਮੀਨੇਟਿੰਗ ਡੈਸੀਮਲ ਐਕਸਪੈਂਸ਼ਨ ਉਹ ਹੁੰਦੇ ਜਿਨ੍ਹਾਂ ਦੀ ਫਾਰਮ 2 اور 5 کیو دی فارم ਹੋਵੇ اٹ مینز ਫਰسٹ والے ਦਾ انسر ਹੈ ਕਵੈਸਚਨ ਨੰਬਰ 9 ਇਫ ਪੀ ਐਂਡ ਕਿਊ ਆਰ ਟੂ ਪ੍ਰਾਈਮ ਨੰਬਰ ਦੈਨ देयर ਐਸੀਫ ਦੋ ਪ੍ਰਾਈਮ ਨੰਬਰ ਹੁੰਦੇ ਉਹਨਾਂ ਦਾ ਐਸੀਫ ਹਮੇਸ਼ਾ 1 ਹੁੰਦਾ ਆ ਕਵੈਸਚਨ ਨੰਬਰ 10 ਵਾਟ ਇਜ਼ ਅ ਪ੍ਰੋਡਕਟ ਆਫ ਜ਼ੀਰੋਜ਼ ਆਫ ਕਯੂਬਿਕ ਪੋਲੀਨੋਮੀਅਲ ਕਯੂਬਿਕ ਪੋਲੀਨੋਮੀਅਲ ਦਾ ਜ਼ੀਰੋਜ਼ ਦਾ ਪ੍ਰੋਡਕਟ ਪ੍ਰੋਡਕਟ ਆਫ ਜ਼ੀਰੋਜ਼ ਫਾਈਂਡ ਕਰਨਾ ਹੈ ਮਾਈਨਸ ਲਾਸਟ ਵਾਲਾ ਹੈਗਾ ਕਨਸਟੈਂਟ ਐਸ ਮਾਈਨਸ ਐਸ ਤੇ ਪਹਿਲਾ ਹੈਗਾ ਏ ਪੀ ਜਾਨਕੀ ਸੈਕੰਡ ਪਾਰਟ ਇਹਦਾ ਆਨਸਰ ਆਏਗਾ ਕਵੈਸਚਨ ਨੰਬਰ 11 ਵਾਟ ਆਰ ਦਾ ਮੈਕਸਿਮਮ ਨੰਬਰ ਆਫ ਜ਼ੀਰੋਜ਼ ਆਫ ਕਯੂਬਿਕ ਪੋਲੀਨੋਮੀਅਲ ਕਯੂਬਿਕ ਪੋਲੀਨੋਮੀਅਲ ਦੀ ਡਿਗਰੀ 3 ਹੁੰਦੀ ਹੈ ਇਸ ਕਰਕੇ ਦੇ ਮੈਕਸਿਮਮ ਨੰਬਰ ਆਫ ਜ਼ੀਰੋਜ਼ ਵੀ 3 ਹੋਣਗੇ ਕਵੈਸਚਨ ਨੰਬਰ 12 ਕਹਿੰਦੇ ਇਫ ਦਾ ਸਿਸਟਮ ਆਫ ਲੀਨੀਅਰ ਇਕੁਏਸ਼ਨ ਹੈਵ ਯੂਨੀਕ ਸੋਲੂਸ਼ਨ ਜੇਕਰ ਯੂਨੀਕ ਸੋਲੂਸ਼ਨ ਹੋਵੇ ਤੇ ਥਰਡ ਪਾਰਟ ਇਜ਼ ਯੂਅਰ ਆਨਸਰ a1 a2 not equal to b1 b2 ਹੁੰਦਾ ਯੂਨੀਕ ਸੋਲੂਸ਼ਨ ਦੇ ਵਿੱਚ